ਖਾਲਸਾ ਅਕਾਲ ਪੁਰਖ ਦੀ ਫੌਜ ਤੋ ਜਬਲਲ ਖਾਲਸਾ ਰੱਖਿਆ ਨਿਆਰਾ ਪ੍ਰਬਲਲ ਤੇਜ ਦੇ ਉਮੈ ਸਾਰਾ ਜਾਗੇ ਗਹਿ ਵਿਪਨ ਕੀ ਰੀਤ ਮੈਂ ਨਾ ਕਰੋ ਇਨ ਕੀ ਪ੍ਰਤੀਤ ਕਿਉਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਵੱਡੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਅੱਜ ਮੌਸਮ ਵੇਖੋ ਕੀ ਕਿੰਨਾ ਸੋਹਣਾ ਮੌਸਮ ਅੱਜ ਮੈਂ ਕਿਹਾ ਚੱਲ ਸਦੇ ਉੱਠ ਕੇ ਚੱਲਦੇ ਹਾਂ 6 ਵਜੇ ਆ ਮੈਂ ਕਿਹਾ ਮੋਟਰ 'ਤੇ ਚੱਲਦੇ ਹਾਂ ਅਤੇ ਦਿਖਾਉਂਦੇ ਹਾਂ ਮੌਸਮ ਮਾਹੌਲ ਦਿਖਾਉਂਦੇ ਤੁਹਾਨੂੰ ਅਤੇ ਮਾਹੌਲ ਵੇਖੋ ਕਿੰਨਾ ਸੋਹਣਾ ਲੱਗ ਰਿਹਾ ਬਾਬਾ ਕਥਾ ਕਰ ਰਿਹਾ ਅਸਮਾਨ ਵਿੱਚ ਬੱਦਲ ਆ ਚਾਰੇ ਪਾਸੇ ਸ਼ਾਂਤੀ ਸ਼ਾਂਤੀ ਆ ਪਹਾੜ ਵੀ ਰੀਸ ਨਹੀਂ ਕਰਦੇ ਪਹਾੜਾਂ 'ਚ ਐਂ ਸ਼ਾਂਤੀ ਹੁੰਦੀ ਆ ਵੇਖੋ ਇਹਨੂੰ ਕਹਿੰਦੇ ਕੁਦਰਤ ਵੇਖੋ ਬੰਦਾ ਵੀ ਕਹਿੰਦੇ ਮੀਂਹ ਪਵਾ ਸਕਦਾ ਵਾ ਬਣਾਇਆ ਵਾ ਸਾਨੂੰ ਕੀ ਕਹਿੰਦੇ ਹੁੰਦੇ ਆ ਥੋੜ੍ਹਾ ਬਹੁਤਾ ਕਣਕਾਂ ਕੁਣਕਾਂ ਜਿਹੀਆਂ ਪਵਾ ਲੈਂਦਾ ਹੋਣਾ ਪਰ ਆਹ ਜਿਹੜਾ ਕੁਦਰਤੀ ਆ ਆਹ ਜਿਹੜੇ ਰੱਬ ਦੇ ਬੱਦਲ ਬਣਾਏ ਆ ਕੁਦਰਤ ਨੇ ਜਿਹੜਾ ਇਹ ਰਚਿਆ ਨਾ ਇਹ ਨਹੀਂ ਵੇਖੋ ਅਸਮਾਨ ਕਿਵੇਂ ਜਿਵੇਂ ਪੈਨਸਲ ਨਾਲ ਬਣਾਇਆ ਹੁੰਦਾ ਵਾ ਸਕੈਚ ਨਹੀਂ ਕੀਤੇ ਹੁੰਦੇ ਜਿਵੇਂ ਕੋਈ ਡਰਾਇੰਗ ਹੁੰਦੀ ਜਿਵੇਂ ਵੇਖੋ ਬਹੁਤ ਬਈ ਬਹੁਤ ਟਾਈਮ ਹੋ ਗਿਆ ਸਾਨੂੰ ਉਡੀਕਦਿਆਂ ਨੂੰ ਮੀਂਹ ਕਦੋਂ ਆਊਗਾ ਅੱਜ ਕਿਰਪਾ ਕੀਤੀ ਹੈ ਸੁਬਾਹ ਦਾ ਪਈ ਜਾਂਦਾ ਥੋੜ੍ਹਾ ਥੋੜ੍ਹਾ ਹਟ ਜਾਂਦਾ ਆ ਜਾਂਦਾ ਕੋਈ ਪਹਿਲਾਂ ਕਹਿੰਦੇ ਸੀ ਕਿ ਪਰਸੋਂ ਮਲੇਰਕੋਟ ਲਿਆ ਲੁਧਿਆਣੇ ਆਪਣੇ ਨਹੀਂ ਪੈਣਾ 2 ਦਿਨ ਹੋ ਗਿਆ ਸੀ ਹਵਾ ਹਵਾ ਚੱਲੀ ਜਾਂਦੀ ਸੀ ਪਰ ਮੀਂਹ ਦਾ ਕੋਈ ਲੱਗਦਾ ਨਹੀਂ ਸੀ ਬਹੁਤ ਔਖਾ ਸੀ ਪਰ ਰੱਬ ਨੇ ਫਿਰ ਸੁਣੀ ਠੰਡਾ ਹੋ ਗਿਆ ਚਲੋ ਪਸ਼ੂ ਪੰਛੀ ਵੀ ਬਹੁਤ ਔਖੇ ਆ ਵਿਚਾਰੇ ਗਰਮੀ ਬਹੁਤ ਉਹਨਾਂ ਦਾ ਵੀ ਔਖਾ ਵਾ ਆਪਾਂ ਤਾਂ ਨਹਾ ਲੈਂਦੇ ਹਾਂ ਕੱਪੜੇ ਹੋਰ ਪਾ ਲੈਂਦੇ ਹਾਂ ਚਲੋ ਕੱਪੜੇ ਤਾਂ ਚੱਲ ਉਹਨਾਂ ਉਹ ਨਹੀਂ ਪਾਉਂਦੇ ਪਰ ਉਹਨਾਂ ਨੂੰ ਗਰਮੀ ਆ ਜਿੰਨਾ ਕੁ ਆਪਾਂ ਨਵਾ ਦਿੰਦੇ ਹਾਂ ਪਰ ਗਰਮੀ ਤਾਂ ਹੈਗੀ ਆ ਨਾ ਵਿਚਾਰਿਆਂ ਨੂੰ ਰੱਬ ਦੇ ਜੀ ਆ ਅਤੇ ਰੱਬ ਨੂੰ ਹੀ ਫਿਕਰ ਆ ਉਹਨਾਂ ਦਾ ਬੰਦਾ ਤਾਂ ਬਸ ਐਵੇਂ ਨਾ ਆਪਦੀ ਮੈਂ ਹੀ ਚੱਕੀ ਫਿਰਦਾ ਉਹਨੂੰ ਫਿਕਰ ਆ ਸਾਰਿਆਂ ਦਾ ਬੰਦੇ ਨੂੰ ਫਿਕਰ ਆ ਆਪਦਾ ਫਿਕਰ ਆ ਜਾਂ ਆਪਦੇ ਪੈਸਿਆਂ ਦਾ ਫਿਕਰ ਆ ਬਸ ਹੋਰ ਕੋਈ ਫਿਕਰ ਨਹੀਂ ਬੰਦੇ ਨੂੰ ਅਤੇ ਬਾਕੀ ਗੱਲਬਾਤ ਆਪਾਂ ਕਰਦੇ ਹਾਂ ਅੱਜ ਕੁਛ ਗੱਲਾਂ ਕਰਾਂਗੇ ਜ਼ਰੂਰ ਕਰਾਂਗੇ ਅੱਜ ਗੱਲਾਂ ਤਾਂ ਫਿਰ ਆਹ ਵੇਖੋ ਵਿਊ ਅਤੇ ਆਪਾਂ ਫਿਰ ਮਿਲਦੇ ਹਾਂ ਵੇਖੋ ਜੀ ਨਜ਼ਾਰਾ ਅੱਜ ਤਾਂ ਮੀਂਹ ਪੈ ਰਿਹਾ ਵੇਖੋ ਸਵਾਦ ਆ ਗਿਆ ਅੱਜ ਤਾਂ ਮੀਂਹ ਦਾ ਪੂਰਾ ਆਨੰਦ ਲਿਆ ਜਾ ਰਿਹਾ ਇੱਥੇ ਪੀਵਾਂਗੇ ਚਾਹ ਪਾਣੀ ਆਪਾਂ ਛਕਾਂਗੇ ਇੱਥੇ ਬਹਿ ਕੇ ਹਾਂਜੀ ਆਹੀ ਜਦੋਂ ਮੀਂਹ ਕਣੀ ਸ਼ਹਿਰਾਂ 'ਚ ਆਉਂਦੇ ਆ ਨਾ ਮੀਂਹ ਕਿਤੇ ਸ਼ਹਿਰ 'ਚ ਆਉਂਦਾ ਵਾ ਉਦੋਂ ਕਹਿੰਦੇ ਆ ਪਕੌੜੇ ਬਣਾ ਲਓ ਐਂ ਵੱਜ ਆਉਂਦੀਆਂ ਚਾਹ ਨਾਲ ਪਕੌੜੇ ਬਣਾ ਲਓ ਆਲੂ ਵਾਲੀਆਂ ਰੋਟੀਆਂ ਬਣਾ ਲਓ ਅਤੇ ਪਿੰਡਾਂ 'ਚ ਵਾਜਾਂ ਆਉਂਦੀਆਂ ਆਹ ਰੁੱਤ 'ਚ ਮੀਂਹ ਆ ਗਿਆ ਭਾਈ ਠੰਡਾ ਹੋ ਗਿਆ ਅਤੇ ਦਾਤੀਆਂ ਚੱਕ ਲਓ ਅਤੇ ਝੋਨੇ 'ਚੋਂ ਆਪਾਂ ਘਾਹ ਕੱਢਣ ਜਾਣਾ ਕਿਹੜੇ ਇੱਥੇ ਪਕੌੜੇ ਅਤੇ ਕਿਹੜੀ ਇੱਥੇ ਚਾਹ ਪਰ ਚਾਹ ਮਿਲੂਗੀ ਇਕੱਲੀ ਪਕੌੜੇ ਨਹੀਂ ਮਿਲਦੇ ਆਹ ਵੇਖ ਲਓ ਆਹ ਸ਼ਹਿਰੀਆਂ ਦੇ ਚੋਜ ਹੀ ਆ ਉਹ ਇੱਧਰੋਂ ਗੇੜਾ ਕੱਢੇ ਜਾਂਦਾ ਸਾਰੇ ਲਾਈਟ ਆਈ ਜਾਂਦੀ ਆ ਲਾਈਟ ਚੱਲੀ ਜਾਂਦੀ ਆ ਸਾਰੀ ਆਪਣੀ ਅਤੇ ਮੀਂਹ ਪਈ ਜਾਂਦਾ ਵਾ ਅਤੇ ਅੱਜ ਦਾ ਦਿਨ ਪੂਰਾ ਵਧੀਆ ਲੱਗਿਆ ਵਾ ਘਾਹ ਘੂ ਕੱਢਣਾ ਸੀ ਅੱਜ ਤਾਂ ਚੱਕਣ ਵਾਲਿਆਂ ਰਹਿ ਗਿਆ ਉੱਥੇ ਹੀ ਪਿਆ ਰਹਿ ਗਿਆ ਅਤੇ ਪਾਣੀ ਵੇਖੋ ਭਰਿਆ ਜਾਂਦਾ ਪੂਰਾ ਭਰਿਆ ਜਾਂਦਾ ਪਾਣੀ ਦਾ ਹਰ ਝੋਨੇ ਮੈਂ ਕਹਿੰਦਾ ਫੁੱਲ ਭਰੇ ਦੇ ਆ ਸਵਾਦ ਆ ਗਿਆ ਅੱਜ ਤਾਂ ਮੀਂਹ ਦਾ ਝੜੀ ਲੱਗੀ ਵੀ ਆ ਅਤੇ ਪਰ ਮੈਂ ਬੈਠਾ ਖੇਤ ਹੀ ਹਾਂ ਸਵੇਰ ਦਾ ਇੱਥੇ ਹੀ ਬੈਠੇ ਹਾਂ ਸਵੇਰ ਦੇ ਇਹ 'ਚ ਲੱਗਣਾ ਸੀ ਇਹ 'ਚ ਘਾਹ ਕੱਢਣਾ ਸੀ ਅੱਜ ਮੈਂ ਰਹਿੰਦਾ ਸੀ ਜਿਹੜਾ ਪਰ ਨਿਕਲਿਆ ਹੀ ਨਹੀਂ ਪੱਠੇ ਵੱਢੀ ਬੈਠਾ ਸਵੇਰ ਦਾ ਮੀਂਹ ਪਈ ਜਾਂਦਾ ਸੀ ਅਤੇ ਇਸ ਲਈ ਘਰੇ ਜਾ ਹੀ ਨਹੀਂ ਹੋਇਆ ਹੁਣ ਤਾਂ ਨਾ ਹੱਡ ਪੈਰ ਵੀ ਐਂ ਹੋਏ ਪਏ ਆ ਯਾਨੀ ਕਿ ਠੰਡ ਇੱਕਦਮ ਭਿੱਜੇ ਜੇ ਪਏ ਆ ਅਤੇ ਠੰਡ ਲੱਗੀ ਜਾਂਦੀ ਆ ਅਤੇ
ਪੱਠਿਆਂ ਦੇ ਟਾਈਮ ਹੀ ਚੱਲਾਂਗੇ ਘਰੇ, ਫਿਰ ਆਪਦਾ ਪੱਠੇ ਪਾਲਾਂਗੇ, ਜਾ ਕੇ ਤਾਂ ਫਿਰ ਨਹਾਵਾਂਗੇ। ਹੁਣ ਇੱਥੋਂ ਵਾਲਾ ਕੰਮ ਨਿਬੇੜ ਕੇ ਚੱਲਦੇ ਹਾਂ। ਚਾਰੇ ਪਾਸੇ ਪਾਣੀ ਪਾਣੀ ਹੋਇਆ ਪਿਆ, ਪਾਣੀ ਪਾਣੀ ਪੂਰਾ ਪਾਣੀ। ਵੇਖੋ ਅੱਜ ਤਾਂ ਪੂਰਾ ਆਨੰਦ ਆਇਆ ਪਿਆ, ਪੂਰਾ ਸਵਾਦ ਵੱਜੇ ਪਏ ਆ ਬਾਈ ਪਿਆ। ਅੱਜ ਚਾਰੇ ਪਾਸੇ ਪਾਣੀ ਹੋਈ ਪਾਣੀ, ਮੈਂ ਕਹਿੰਦਾ ਪੂਰਾ ਭਰਿਆ ਜਾਂਦਾ ਭਰਿਆ। ਉਹ ਫਿਰਦੇ ਸਾਰੇ ਗੇੜੇ ਕੱਢਦੇ ਖੇਤਾਂ 'ਚ, ਅੱਜ ਖੁਸ਼ ਕਰਤੇ ਜੱਟ ਰੱਬ ਨੇ ਪੂਰੇ। ਸ਼ੁਕਰ ਆ ਸੱਚੇ ਪਾਤਸ਼ਾਹ, ਪੂਰਾ ਬੱਦਲ ਘੁਲਿਆ ਪਿਆ, ਕਿਣਮਣ ਕਿਣਮਣ ਹੋ ਰਹੀ ਆ, ਖੁੱਡਾਂ ਪਈਆਂ ਵਾਂ ਉਹ ਬੰਦ ਕਰੀ ਜਾਂਦੇ ਆ ਬਾਈ। ਹੁਣੀ ਮੈਂ ਤਾਂ ਗੇੜਾ ਕੱਢਿਆ ਸੀਗਾ ਬਾਈ, ਆਪਦਾ ਕੱਢੂ, ਕਿਉਂਕਿ ਆਪਣਾ ਤਾਂ ਹੈਗਾ ਨੀਵਾਂ, ਆਪਣਾ ਨੀਵਾਂ ਵਾਂ, ਅਤੇ ਉੱਧਰ ਉੱਚਾ ਹੋ ਜਾਂਦਾ ਕੰਮ, ਅਤੇ ਜਿੱਥੇ ਰਹੀ ਉਹਨਾਂ ਦਾ ਫਿਰ ਉਹਨਾਂ ਦਾ ਪਾਣੀ ਇੱਧਰ ਆਉਂਦਾ, ਆਪਣਾ ਨਹੀਂ ਜਾਂਦਾ ਕਿਸੇ ਪਾਸੇ। ਇੱਦਾਂ ਹੈਗੀਆਂ ਗੱਲਾਂ ਬਾਤਾਂ। ਅਤੇ ਫਿਰ ਆਪਾਂ ਹੁਣ ਤੁਹਾਨੂੰ ਦੱਸ ਦਿੰਦੇ ਅੱਗੇ ਦੀ ਕਾਰਵਾਈ ਕੀ ਬਣਦਾ ਜੁੜਦਾ, ਬਾਕੀ ਗੱਲ ਆਪਾਂ ਕਰਦੇ ਹਾਂ ਬਾਅਦ 'ਚ, ਅਤੇ ਆਪਾਂ ਹੁਣ ਮਿਲਦੇ ਹਾਂ ਬਾਅਦ 'ਚ। ਮੈਂ ਕਿਹਾ ਚਲੋ ਦੱਸਦਾ ਵੀ ਮੀਂਹ ਪਈ ਜਾਂਦਾ, 2:30-3 ਦਾ ਟਾਈਮ ਹੋਣ ਵਾਲਾ, 2:30 ਵੱਜਣ ਵਾਲੇ ਆ, ਅਤੇ ਚੱਲਦੇ ਹਾਂ ਘਰੇ। ਅਤੇ ਘਰੇ ਵੇਹਣੇ ਜਾ ਕੇ ਕੀ ਮਾਹੌਲ ਆ, ਪਾਣੀ ਪੂਣੀ ਖੜਾ ਕੇ ਅਤੇ ਕੀ ਹਿਸਾਬ ਕਿਤਾਬ ਆ, ਅਤੇ ਫਿਰ ਮਿਲਦੇ ਹਾਂ। ਲਓ ਨਜ਼ਾਰੇ ਤੁਸੀਂ ਵੀਹ ਮਿੰਟ ਬਾਅਦ ਆਪਾਂ ਹੁਣ ਚੱਲੇ ਹਾਂ ਸ਼ਾਮ ਨੂੰ। ਉਦੋਂ ਜਾ ਕੇ ਅਤੇ ਮੈਂ ਪੈ ਗਿਆ ਦੁਪਹਿਰੇ 4:30 ਮੈਨੂੰ ਨੀਂਦ ਆ ਗਈ, ਨਹਾ ਧੋ ਗਿਆ, ਉੱਦਾਂ ਉਹ ਗਿਆ ਮੈਂ ਖੇਤੋਂ। ਚੱਲ ਮੈਂ ਹੁਣ ਵੇਖਦਾ ਮੈਂ ਪਾਣੀ ਪੂਣੀ ਵੇਖ ਕੇ, ਮੁੰਡਾ ਲਈ ਨਕੇਮ ਮਾਰਿਆ ਵਾ, ਮੱਛਰ ਬਹੁਤ ਹੋ ਗਿਆ, ਕਣੀਆਂ ਅੱਗੇ ਪੈਂਦੀਆਂ ਜਿਵੇਂ ਮੂੰਹ 'ਤੇ ਵੱਜਦੀਆਂ ਜਾਂਦੇ ਹਨ, ਹੁਣ ਕਣੀਆਂ ਵਾਂਗੂ ਮੱਛਰ ਵੱਜ ਰਿਹਾ ਮੂੰਹ 'ਤੇ। ਬਾਬਾ ਪਾਠ ਕਰੀ ਜਾਂਦਾ, ਊਂ ਬੱਦਲ ਹੈਗਾ ਹਜੇ, ਬੱਦਲ ਚਾਲ ਜੀ ਆ, ਉਹ ਚੰਦ ਆ, ਚੰਦ ਵੀ ਦਿਸਦਾ ਦਲਾ ਥੱਲੇ ਚੰਦ, ਸੋਹਣੇ ਯਾਰ ਨੂੰ ਬੱਲੇ ਨੇ ਮੈਂ ਜਾਣਾ। ਗਏ ਆਪਾਂ, ਪਾਣੀ ਲੱਗ ਗਿਆ ਇਹਨਾਂ ਨੂੰ ਵੀ, ਹੁਣ ਹੋ ਜਾਣਗੇ ਵੀ। ਪਾਣੀ ਪਾਣੀ ਹੋ ਗਿਆ ਆਪਣੇ ਵੀ, ਵਧੀਆ ਭਰ ਕੇ ਸਾਰੇ ਵਿੱਚ ਵੀ ਵਧੀਆ ਹੋ ਗਿਆ ਪਾਣੀ। ਬਾਬਾ ਪਾਠ ਕਰੀ ਜਾਂਦਾ ਅਤੇ ਆਪਾਂ ਸਾਰੇ ਪਾਣੀ ਪਾਣੀ ਹੈਗਾ, ਹੁਣ ਵੇਖਣ ਕੀ ਜਾਣ ਵੱਟਾਂ 'ਤੇ ਡਿੱਗਦੇ ਜਾਵਾਂਗੇ, ਹੈ ਨਾ। ਅੱਜ ਘਾਹ ਕਢਾਇਆ ਹੈਗਾ ਜੀ, ਆਪਾਂ ਇਹਦੇ 'ਚ ਵੀ ਪਾਣੀ ਫੁੱਲ ਹੈਗਾ। ਤੁਹਾਨੂੰ ਇੱਕ ਹਾਸੇ ਵਾਲੀ ਗੱਲ ਵੀ ਹੈ ਅਤੇ ਜਿਵੇਂ ਕੋਈ ਨੌਲੇਜ ਵਾਲੀ ਗੱਲ ਵੀ ਥੋੜ੍ਹੀ ਜੀ, ਮਤਲਬ ਵਾਕਿਆ ਆਪਣੇ ਇੰਡੀਆ 'ਚ ਖਣੀ ਭਪਾਲ ਚਾ ਕੇਸ, ਖਣੀ ਇੱਧਰ ਹੀ ਕਿਤੇ ਕੇਸ ਹੋਇਆ ਵਾ, ਡਿਵੋਰਸ ਕੀ ਦਿੱਤਾ ਵਾ ਬੰਦੇ ਨੇ ਆਪਦੀ ਘਰਵਾਲੀ ਨੂੰ, ਠੀਕ ਆ, ਅੱਕ ਕੇ ਉਹ ਵੀ। ਪੂਰੀ ਗੱਲ ਦੱਸਾਂ ਕੀ ਹੈ, ਪੂਰੀ ਗੱਲ ਆ, ਉਹਦੀ ਵਹੁਟੀ ਬਹੁਤ ਡਰਦੀ ਆ, ਉਹਦੀ ਵਹੁਟੀ ਬਹੁਤ ਡਰਦੀ ਆ ਕੋਕਰੋਚਾਂ ਤੋਂ, ਅਤੇ ਕੋਕਰੋਚਾਂ ਤੋਂ ਡਰਦੀ ਆ। ਜਿਵੇਂ ਉਹਨਾਂ ਨੇ ਜਿਹੜਾ ਘਰ ਲਿਆ ਸੀ ਵਿਆਹ ਤੋਂ ਬਾਅਦ ਰਹਿ ਰਹੇ ਸੀ ਉੱਥੇ ਵਧੀਆ, ਅਤੇ ਉਹ ਕਹਿੰਦੀ ਹਾਂਜੀ ਇੱਥੇ ਤਾਂ ਕੋਕਰੋਚ ਬਹੁਤ ਆ, ਮੈਂ ਫਲਾਨਾ ਧਮਕਾ ਮੈਂ ਜਾਣੀ ਕਿ ਔਖੀ ਆ। ਉਹ ਕਹਿੰਦਾ ਵੀ ਠੀਕ ਆ ਚੱਲ, ਉਹਨੇ ਬਦਲ ਲਿਆ। ਫਿਰ ਉਹ ਫਿਰ ਕਾਫੀ ਟਾਈਮ ਹੀ ਲੰਘ, ਫਿਰ ਜਾਣੀ ਕਿ ਕਹਿੰਦੀ ਵੀ ਜਿੱਥੇ ਵੀ ਮੈਨੂੰ ਕੋਕਰੋਚ ਇੱਕ ਵੀ ਮੈਨੂੰ ਕੋਕਰੋਚ ਦਿਸ ਗਿਆ ਘਰ 'ਚ, ਕਿਤੇ ਵੀ ਇੱਕ ਵੀ ਕੋਕਰੋਚ ਮੈਨੂੰ ਦਿਸ ਗਿਆ ਨਾ, ਮੈਂ ਡਿਵੋਰਸ ਲੈ ਲੈਣਾ ਤੇਥੋਂ, ਮੈਂ ਤੇਥੋਂ ਅੱਡ ਹੋ ਜਾਣਾ। ਤਾਂ ਬੰਦੇ ਨੇ ਖੁਦ ਅਰਜ਼ੀ ਦਿੱਤੀ ਵੀ ਮੈਨੂੰ ਭਾਈ ਤਲਾਕ ਦਵਾ ਦਿਓ, ਇਹਦੇ ਨਾਲ ਮੈਂ ਇਹਦੇ ਨਾਲ ਨਹੀਂ ਰਹਿਣਾ ਚਾਹੁੰਦਾ, ਠੀਕ ਆ ਨਾ। ਹੁਣ ਤੁਸੀਂ ਸੋਚੋਗੇ ਵੀ ਕਿਹਾ ਤਾਂ ਉਹਨੇ ਸੀ ਵੀ ਜੇ ਮੈਨੂੰ ਕੋਕਰੋਚ ਮਿਲ ਗਿਆ ਕਿਤੇ ਤਾਂ ਮੈਂ ਤਲਾਕ ਲੈ ਲੈਣਾ, ਉਲਟਾ ਬੰਦਾ ਹੀ ਕਾਹਤੋਂ। ਉਹ ਗੱਲ ਇੱਦਾਂ ਹੋਈ, ਉਹਨੇ ਦੱਸਿਆ ਵਿਚਾਰੇ ਨੇ ਅਦਾਲਤ 'ਚ, ਉਹ ਕਹਿੰਦਾ ਜੱਜ ਸਾਹਿਬ ਮੈਂ 18 ਘਰ ਬਦਲੇ, 18 ਘਰ ਬਦਲਿਆ ਥੋੜ੍ਹੇ ਟਾਈਮ 'ਚ ਹੀ, ਵੀ ਕੋਕਰੋਚ ਤਾਂ ਹੁਣ ਸਾਡੇ ਤੁਹਾਨੂੰ ਤੁਹਾਨੂੰ ਇੱਥੇ ਇੰਡੀਆ 'ਚ ਹੁਣ ਇਹ ਅਤੇ ਪੰਜਾਬ 'ਚ ਵੀ ਰਹਿੰਦੇ ਜਿਹੜੇ ਆਪਾਂ, ਇੱਥੇ ਨਾਮ ਗੱਲ ਹੀ ਨਿਕਲਿਆ ਘਰਾਂ 'ਚ, ਇੱਕ ਤਾਂ ਐਸੀ ਜਾਂਦਾ ਵਾ ਸੀ ਸਫਾਈ ਨਾ ਹੋਵੇ, ਜਿੰਨੀ ਵੀ ਸਫਾਈ ਕਰ ਲਓ ਜਾਣੇ ਕਿ ਕਿਤੇ ਨਾ ਕਿਤੇ
ਮੈਨੂੰ ਤਲਾਕ ਦੇ ਦੇ ਕਾਕਰੋਚ ਨਹੀਂ ਹਟਦੇ ਮੇਰਾ ਕਸੂਰ ਆ। 18 ਘਰ ਬਦਲੇ ਬੰਦੇ ਨੇ ਆਪਦੇ ਉਹਦੇ ਖੱਤਰ ਵੀ ਮੇਰਾ ਘਰ ਵਸ ਜੇ ਪਰ ਉਹ ਆਪਦੀ ਗੱਲ ਤੇ ਆਈ ਵੀ ਸੀ ਮੈਂ ਕਾਕਰੋਚ ਦੱਸਣਾ ਨਹੀਂ ਚਾਹੀਦਾ ਮੈਨੂੰ ਆਈ ਨਹੀਂ ਚਾਹੀਦਾ ਤਾਂ ਉਹਨੇ ਹੱਥ ਬੰਨ ਕੇ ਉਹਨੂੰ ਕਿਹਾ ਬਈ ਬੀਬਾ ਤੂੰ ਜਾ ਸਕਦੀ ਹੈ ਤੇਰੀ ਬੜੀ ਮਿਹਰਬਾਨੀ ਤਾਂ ਇੱਦਾਂ ਬਹੁਤ ਅਜੀਬ ਜਾਣੀ ਰੇਅਰ ਕੇਸ ਆਇਆ ਇਹ ਕਾਕਰੋਚ ਪਿੱਛੇ ਤਲਾਕ ਹੋ ਗਿਆ ਵੇਖ ਲਓ ਕੰਮ ਦੁਨੀਆਂ 'ਚ ਕੀ ਹੋਈ ਜਾਂਦਾ ਹੁਣ ਇਹ ਤਾਂ ਬੰਦਾ ਹੱਸੇ ਕਿ ਅਫਸੋਸ ਕਰੇ ਸਮਝ ਨਹੀਂ ਆਉਂਦੀ ਤੁਸੀਂ ਸੋਚ ਕੇ ਦੱਸੋ ਬਾਕੀ ਸੋਚੋ ਸਾਲੇ ਤੁਸੀਂ ਸੋਚ ਲਓ ਬਈ ਹੱਸਣਾ ਮੈਂ ਕਿ ਤੇ ਅਫਸੋਸ ਵਾਲੀ ਗੱਲ ਤਾਂ ਇੱਦਾਂ ਗੱਲਾਂ ਬਾਤਾਂ ਵਾਂ ਅਤੇ ਹੁਣ ਆਪਾਂ ਆ ਗਏ ਸੀ ਗੱਲਬਾਤ ਵੀ ਕਰ ਲਈ ਹੁਣ ਆਪਾਂ ਚੱਲਦੇ ਹਾਂ ਦੱਸਣ ਹੀ ਆਇਆ ਸੀ ਮੈਂ ਕਿਹਾ ਗੱਲ ਕਰ ਲਈਏ ਨਾਲੇ ਦਿਖਾ ਲਈਏ ਬਈ ਕਿਸ ਭਾਅ ਦਾ ਮੱਛਰ ਬਹੁਤ ਕਣਕਾਂ ਨੂੰ ਡੈਕਦਾ ਕਣਕਾਂ ਤੋਂ ਤਾਂ ਬਚਿਆ ਜਾਂਦਾ ਪਰ ਮੱਛਰ ਮੂੰਹ 'ਤੇ ਐਂ ਵੱਜਦਾ ਤਾਂ ਸੋ ਆਪਾਂ ਹੁਣ ਚੱਲਦੇ ਹਾਂ ਘਰੇ ਬਾਕੀ ਗੱਲ ਕਰਦੇ ਹਾਂ ਘਰੇ ਜਾ ਕੇ ਤਾਂ ਮਿਲਦੇ ਹਾਂ ਫਿਰ ਆਪਾਂ ਮਿਲਾਂਗੇ ਜ਼ਰੂਰ ਸਪੋਰਟ ਕਰਦੇ ਰਹੋ ਸਬਸਕ੍ਰਾਈਬ ਵੀ ਕਰੋ ਅਤੇ ਕਮੈਂਟ ਲਾਈਕ ਸ਼ੇਅਰ ਕਰੋ ਇਹ ਤੁਹਾਡਾ ਕੰਮ ਆ ਵੀਡੀਓ ਮੇਰਾ ਕੰਮ ਆ ਤਾਂ ਧੰਨਵਾਦ ਮਿਲਾਂਗੇ ਕੱਲ੍ਹ ਨੂੰ ਨਵੇਂ ਬਲੌਗ